ਸ਼ੁਭ ਸਵੇਰ ਬੱਚਿਓ, ਅੱਜ ਦੀ ਕਲਾਸ ਵਿੱਚ ਤੁਹਾਡਾ ਸਵਾਗਤ। ਅੱਜ ਅਸੀਂ ਕਰਾਂਗੇ ਪੰਜਾਬੀ ਵਿਸ਼ੇ ਦੀ ਵਰਕਸ਼ੀਟ, ਜਿਸ ਦਾ ਨਾਂ ਹੈ ਦਿੱਤੇ ਗਏ ਸ਼ਬਦਾਂ ਵਿੱਚ ਦੁਲੈਂਕੜ ਦੀ ਮਾਤਰਾ ਲਗਾਓ। ਬੱਚਿਓ, ਸਾਨੂੰ ਕੁਝ ਸ਼ਬਦ ਦਿੱਤੇ ਹੋਏ ਆ, ਠੀਕ ਆ? ਅਸੀਂ ਉਹਨਾਂ ਦੇ ਵਿੱਚ ਲਗਾਉਣੀ ਆ ਦੁਲੈਂਕੜ ਦੀ ਮਾਤਰਾ। ਦੁਲੈਂਕੜ ਦਾ ਚਿੰਨ੍ਹ ਹੈਗਾ ਏ ਏ, ਠੀਕ ਆ? ਪਹਿਲਾਂ ਦੇਖੋ, ਖੱਖਾ ਹਾਹਾ ਖਹਿ, ਇਹਨੂੰ ਆਪਾਂ ਕੀ ਬਣਾਵਾਂਗੇ? ਖੂਹ। ਕਿੱਥੇ ਦੁਲੈਂਕੜ ਆਏਗਾ? ਖੱਖੇ ਦੇ ਨੀਚੇ। ਖੱਖੇ ਨੂੰ ਦੁਲੈਂਕੜ, ਹਾਹਾ ਖੂਹ। ਸੱਸਾ ਕੱਕੇ ਨੂੰ ਦੁਲੈਂਕੜ, ਲੱਲਾ ਸਕੂਲ। ਮੰਮਾ ਜਿੱਜੇ ਪੈਰ 'ਚ ਬਿੰਦੀ ਮੱਝ, ਮੱਝ। ਬੱਬੇ ਨੂੰ ਦੁਲੈਂਕੜ, ਬੂ। ਤੱਤਾ ਮਜ਼ਬੂਤ। ਪੱਪੇ ਨੂੰ ਦੁਲੈਂਕੜ, ਪੂ। ਰਾਰਾ ਬੱਬਾ ਪੂਰਬ। ਇਹ ਕੀ ਆ? ਸੱਸਾ ਰਾਰਾ ਜਿੱਜਾ ਸਰਜ, ਇਹਨੂੰ ਆਪਾਂ ਬਣਾਵਾਂਗੇ ਸੂਰਜ। ਸੱਸੇ ਨੂੰ ਦੁਲੈਂਕੜ, ਸੂ। ਰਾਰਾ ਜਿੱਜਾ ਸੂਰਜ। ਜਿੱਜੇ ਨੂੰ ਦੁਲੈਂਕੜ, ਝੂ। ਠੱਠਾ ਝੂਠ। ਕੱਕਾ ਬੱਬੇ ਨੂੰ ਦੁਲੈਂਕੜ, ਬੂ। ਤੱਤਾ ਰਾਰਾ ਕਬੂਤਰ। ਸੋ ਬੱਚਿਓ, ਇਸੇ ਤਰ੍ਹਾਂ ਇਹ ਵਰਕਸ਼ੀਟ ਤੁਸੀਂ ਆਪਣੀ ਕਾਪੀ 'ਤੇ ਕਰਨੀ ਆ। ਧੰਨਵਾਦ।